ਐਡੀਆਂ ਵੱਡੀਆਂ ਜਿੱਤਾਂ ਲੈ ਕੇ ਇਹਨਾਂ ਨੇ ਲੋਕਾਂ ਦੀ ਸੇਵਾ ਕਿਉਂ ਨਹੀਂ ਕੀਤੀ? ਕਾਰਨ ਤਾਂ ਦੱਸਣਾ ਪਊਗਾ ਉਹਨਾਂ ਨੂੰ ਹੈ ਕਿ ਉਹ ਕਿਉਂ ਨਹੀਂ ਤੁਹਾਡੀ ਕਚਹਿਰੀ ਵਿੱਚ ਸਹੀ ਉਤਰੇ। ਜਿਹੜਾ ਵੋਟਾਂ ਮੰਗਣ ਆਉਂਦਾ ਉਹ ਭਿਖਾਰੀ ਬਣ ਕੇ ਆਉਂਦਾ ਤੇ ਉਹਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਕਿ ਜਦ ਕੋਈ ਵੀ ਵਿਅਕਤੀ ਤੁਹਾਨੂੰ ਵੋਟ ਪਾਉਂਦਾ ਉਹ ਤੁਹਾਨੂੰ ਆਪਣਾ ਮਾਣ ਤੇ ਸਨਮਾਨ ਦਿੰਦਾ, ਜਿਹਨੂੰ ਮੋੜਨ ਦਾ ਤਰੀਕਾ ਕੇਵਲ ਤੁਹਾਡੀ ਸੇਵਾ। ਮੈਂ ਇੱਕ ਵੀਡੀਓ ਵਾਇਰਲ ਹੋਈ ਦੇਖੀ ਜਿਹਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੂੰ ਉਹਦੇ ਹਲਕੇ ਦੇ ਲੋਕ ਪੁੱਛ ਰਹੇ ਹੈ ਕਿ ਸਰਦਾਰ ਜੀ ਇਹ ਸੜਕਾਂ ਟੁੱਟ ਗਈਆਂ, ਕਹਿੰਦਾ ਤੁਸੀਂ ਮੈਨੂੰ ਕਿਹੜਾ ਦੱਸਿਆ ਕਿ ਸਰਦਾਰ ਜੀ ਜੇ ਤੁਸੀਂ ਹਲਕੇ ਦੇ ਐਮ ਐਲ ਏ ਤੁਹਾਨੂੰ ਇਹੀ ਨਹੀਂ ਪਤਾ ਕਿ ਸੜਕਾਂ ਟੁੱਟੀਆਂ ਫਿਰ ਤੁਸੀਂ ਐਮ ਐਲ ਏ ਕਹਿੰਦੇ। ਮੈਂ ਤਾਂ ਇੱਕੋ ਗੱਲ ਪੁੱਛਦਾ ਸਿਮਰਜੀਤ ਸਿੰਘ ਬੈਂਸ ਨੂੰ ਕਿ ਵੀਰ ਮੇਰਿਆ ਤੂੰ ਖੜ ਗਿਆ ਪਾਰਲੀਮੈਂਟ ਲਈ, ਤੂੰ ਵੋਟ ਲਾਏ ਦੇ ਸੜਕਾਂ ਤੇ ਇਹ ਲਿਖੇ ਕਿ ਜੇ ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਰਹਿਤ ਸੁਧਾਰ ਕਰਨਾ ਤਾਂ ਮੈਨੂੰ ਵੋਟ ਪਾਓ। ਤੁਸੀਂ 7 ਸਾਲ ਦੇ ਐਮ ਐਲ ਏ ਹੁੰਦੇ ਆ, ਕੀ ਕੰਮ ਕੀਤਾ ਇਹਨਾਂ ਨੇ? ਉਹਨਾਂ ਨੂੰ ਜੇ ਇਹ ਵੀ ਨਹੀਂ ਪਤਾ ਕਿ ਭ੍ਰਿਸ਼ਟਾਚਾਰ ਤੇ ਨਸ਼ਾ ਖਤਮ ਕਰਨ ਵਿੱਚ ਦਿੱਲੀ ਦੀ ਸਰਕਾਰ ਦਾ ਹੱਥ ਨਹੀਂ ਹੁੰਦਾ, ਸੂਬੇ ਦੀ ਸਰਕਾਰ ਦਾ ਹੱਥ ਤੇ ਉਹ ਸੂਬੇ ਦੀ ਸਰਕਾਰ ਦਾ ਹਿੱਸਾ ਨੇ ਪਿਛਲੇ 7 ਸਾਲ ਤੋਂ, ਉਹਨਾਂ ਨੇ ਕਿਉਂ ਨਾ ਕੰਮ ਕੀਤਾ? ਕੈਮਰਾਮੈਨ ਨੰਨਾ ਫਿਲੌਰ ਦੇ ਨਾਲ ਆਰਤੀ ਦੀ ਰਿਪੋਰਟ, ਬ੍ਰੇਕਿੰਗ ਨਿਊਜ਼ ਪੰਜਾਬ।